ਭਾਈ ਜਾਨ ਮੁੰਡਾ ਜਿਹੜਾ ਅੱਜ ਕੱਲ ਸਿਟੀ 41 ਤੇ ਹਾਂ ਚਾਹ ਉਹ ਪ੍ਰੈਫਰ ਕੀਤਾ ਦਾ ਕਲੈਪ ਦੇਖਿਆ ਸੀ ਮੁੰਨੇ ਮੇਰੇ ਨਵੇਂ ਉਹ ਬਸ ਵੀ ਲਿਆ ਨਾ ਕਿਤੇ ਆ ਐਡਾ ਇੱਥੇ ਮੈਂ ਹੋਲੀ ਮਸਤ ਨੂੰ ਵੀ ਲਿਆ ਕਿਤੇ ਆ ਜਲੇਬੀਆਂ ਰੱਖ ਲੋਕਾਂ ਨੂੰ ਕਹਿੰਦਾ ਮੇਰੀ ਮਦਦ ਕਰੋ ਮੇਰੀਆਂ ਆਂਦਰਾਂ ਬਾਹਰ ਆਈਆਂ ਇਹ ਵੀ ਜਲੇਬੀਆਂ ਦਾ ਬੇਹੋਸ਼ ਹੋ ਗਿਆ ਮੈਂ ਕਿਹਾ ਕਹਿੰਦਾ ਕੱਢਣ ਡੇ ਮੈਨੂੰ ਚੱਕਰ ਆ ਗਈ ਜੁਮੇ ਤੋਂ ਬਾਅਦ ਇਹਦੇ ਘਰ ਬੰਦੇ ਆਏ ਕਹਿੰਦੇ ਚੰਦਾ ਦਿਓ ਕਹਿੰਦੇ ਚੰਦਾ ਹੈ ਨੀ ਤੁਸੀਂ ਸ਼ਬਾਨਾ ਲੈ ਜਾਓ ਇਹਦੀ ਬੁੱਢੀ ਰੋਟੀਆਂ ਮਕਾਰੀ ਕਹਿੰਦਾ ਭਰੀਏ ਲੋਕ ਭਰੇ ਹੋਏ ਕਹਿੰਦੇ ਦੁੱਧ ਤੇ ਮਲਾਈ ਨਾ ਆਏ ਡਰਾਮੇ ਤੋਂ ਪਹਿਲਾਂ ਡਾਕੇ ਮਾਰਦੇ ਸੀ ਨਵੀਂ ਪਿਸਤੌਲ ਲਈ ਕਹਿੰਦੇ ਟੱਪੀ ਅੱਗੇ 8-10 ਬੰਦੇ ਸੁੱਤੇ ਇੱਕ ਬੰਦੇ ਦੀ ਕੰਨ ਪੜੀ ਤੇ ਪਿਸਤੌਲ ਰਹਿ ਕੇ ਕਹਿੰਦਾ ਕੱਢ ਦੇ ਜੋ ਕੁਛ ਹੈਗਾ ਬੰਦਾ ਫੈਸਲਾਬਾਦ ਦਾ ਅਗਲਾ ਕੱਢ ਕੇ ਬਹਿ ਗਿਆ ਇਹ ਕੋਈ ਇੱਡਾ ਸਿਆਣਾ 100 ਲੈ ਕੇ ਉੱਤੇ ਬਹਿ ਗਿਆ ਨਵੀਂ ਘਰ ਕੋਈ ਅੱਛਾ ਭਰਾ ਤੂੰ ਕਿਹੜਾ ਉੱਤੇ ਲੈਣੀ ਹੈ ਆਪਣੇ ਆਪੇ ਦੀ ਨਾ ਅੱਧੀ ਜ਼ਬਾਨ ਲਾ ਤੀ ਮੈਂ ਕਿਹਾ ਕਿ ਕਹਿੰਦਾ ਹੁਣ ਆਪਾਂ ਜੀ ਅੱਧੀ ਜ਼ਬਾਨ ਨਾ ਕਹਿਣਗੇ ਮੈਂ ਹੱਸ ਕੇ ਜਾਵਾਂਗਾ ਕਿਸਾਈ ਦੀ ਦੁਕਾਨ ਤੇ ਜਾ ਕੇ ਕਹਿੰਦਾ ਕੁਸ਼ਨ ਦੇ ਦਿਓ ਪੁੱਠ ਦਾ ਕਿਸਾਈਏ ਦਾ ਮੂੰਹ ਵੇਖ ਕੇ ਕਹਿੰਦਾ ਤੈਨੂੰ ਉਹ ਨਾ ਦਵਾਂ ਜਿਹੜਾ ਮਿੰਟ ਬਾਅਦ ਉੱਠਦਾ ਇਹ ਵੀ ਕੀਮਾ ਲੈਣ ਗਿਆ ਤੇ ਨਾ ਭੁੱਲ ਗਿਆ ਕਹਿੰਦਾ ਅੱਧਾ ਕਿਲੋ ਗਜਰੇਲਾ ਦੇ ਦੋ ਗੁਆਂਢੀਆਂ ਦਾ ਪੰਪ ਖੋਲ ਕੇ ਕਹਿੰਦਾ ਤਾਰਾ ਅੰਦਰ ਕਰ ਲਓ ਕਹਿੰਦਾ ਜਾਨੂ ਤੁਹਾਡੇ ਮੂੰਹ
ਦੰਦ ਨਹੀਂ ਉਹ ਕਹਿੰਦੀ ਮੂੰਹ ਉੱਤੇ ਆ ਓਏ ਮੈਂ ਸਭ ਤੋਂ ਵੱਡੀ ਗਾਇਕ ਸਾਂ ਕਹਿਣਾ ਕੰਜਰ ਸੀ ਤੇ ਚੰਗਲ ਕਹਿ ਗਿਆ ਘਬਰਾਇਆ ਕਿਉਂ ਖੁੱਲ ਕੇ ਗੱਲ ਕਰ ਅੱਪਾ ਕਹਿੰਦਾ ਚੰਗਲਾਂ ਨੂੰ ਕਹਿ ਗਈ ਆ ਗਈ ਡੰਗਾ ਗਿਆ ਇਧਰ ਆ ਇਧਰ ਆ ਸਾਈ ਅੱਲਾ ਫਰਿਸ਼ਤਿਆਂ ਨੇ ਇਹਨੂੰ 5 ਕਿਲੋ ਦੇਸੀ ਘਿਓ ਲਿਆ ਕੇ ਦਿੱਤਾ ਉਹ ਕਿਉਂ ਜੀ ਕਹਿੰਦੇ ਜਾਨ ਬਣਾ ਅਸੀਂ ਕੱਢਣੀ ਕਾਈ ਸਹੀ ਕੀਤੀ ਆ ਕਹਿੰਦਾ 2 ਦਿਨ ਹੋ ਗਏ ਮੇਰੀ ਅੰਮੀ ਕਮਰੇ 'ਚ ਬਾਹਰ ਨਹੀਂ ਨਿਕਲ ਮੈਂ ਕਿਹਾ ਕੀ ਹੋਇਆ ਕਹਿੰਦਾ ਉਹਨੇ ਤੇਲ ਮੰਗੇ ਮੈਂ ਐਲਫੀ ਦੇ ਦਿੱਤੀ ਪਹਿਲਾਂ ਗਿਆ ਮੈਂ ਜਾ ਰਿਹਾ ਪਹਿਲੇ ਕੁਆਲਾਂ ਨਾਲ ਜਾਂਦਾ ਸੀ ਹੁਣ ਸਾਰੇ ਕੁਆ ਕੁਆ ਗਏ ਤਨ ਤੇਰਾ ਇਸ਼ਕ ਮੇਰੇ ਅੰਗੇ ਹੋਇਆ ਤੇਰਾ ਇਸ਼ਕ ਮੇਰੇ ਅੰਗੇ ਹੋਇਆ ਇਹਨੂੰ ਇਸ਼ਕ ਪਹਿਲਾਂ ਭੁੱਲ ਗਿਆ ਕਹਿੰਦਾ ਇਹੀ ਕਹੀ ਜਾਵੇ ਤੁਹਾਨੂੰ ਟੀਵੀ ਹੋਈ ਤੁਸੀਂ ਛੱਡ ਦਿਓ
ਗਟਰ ਤੇ ਮੋਮਬੱਤੀਆਂ ਲਾ ਕੇ ਰੋਈ ਜਾਵੇ। ਮੈਂ ਕਿਹਾ ਕਿ ਕਹਿੰਦਾ ਸਾਲਗਿਰਹ ਕੇਕ ਵੇਟੇ ਕੇ ਇਹਨਾਂ ਨੇ ਕੁਰਬਾਨੀ ਵਾਸਤੇ ਬੱਕਰੇ ਲਿਆਂਦਾ ਤੇ ਸਾਰੀ ਦਿਹਾੜੀ ਲਾ ਕੇ ਫਿਰ ਤੇਰੇ ਇੱਕ ਸਾਈਂ ਨੇ ਲੱਭਿਆ, ਇਹਨੇ ਕੋਠੇ ਤੇ ਖਿਲਾਰ ਕੇ ਖਿੱਚ ਮਾਰਤੀ। ਇੱਧਰ ਆਇਆ ਵੇ ਆ ਭਾਈ ਆ ਜਿਹੜਾ ਵੇ ਆਵੇ ਮੈਡਮ ਨੇ ਕਿਹਾ ਨਿਕਲਣਾ ਚਾਹੀਦਾ ਤੁਸੀਂ ਉਹਦੇ ਨਾਲ ਗੱਲ ਕਰੋ ਹੋਰ ਨਹੀਂ ਬਾਜ਼ ਇੰਨੀ ਬੜੀ ਤੁਹਾਡਾ ਮੂੰਹ ਏਦਾਂ ਜਿਵੇਂ ਸਿੱਖਾਂ ਪਾ ਕੇ ਜੇਬ ਕੱਟੀ ਹੁੰਦੀ। ਆਪਣੇ ਮੁੰਡਾ ਕਿਹਾ ਤੁਸੀਂ ਬੁਕਿੰਗ ਕਹਿੰਦਾ ਮੈਨੂੰ ਬੋਲ ਨਹੀਂ ਪਿਆ।